ਦੱਸਦੀ ਕਿ ਸੰਗਰੂਰ ਜ਼ਿਮਨੀ ਚੋਣ ਲੜਨ ਤੇ ਰਾਜੋਆਣਾ ਦੀ ਭੈਣ ਦਾ ਬਿਆਨ ਸਾਹਮਣੇ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਨੂੰ ਤਿਆਰ ਵਜੋਂ ਉਹਨਾਂ ਨੇ ਆਪਣਾ ਬਿਆਨ ਸਾਹਮਣੇ ਰੱਖਿਆ। ਦੱਸਦੀ ਕਿ ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਿਕਟ ਦੇਵੇਗਾ ਤਾਂ ਚੋਣ ਲੜਨ ਨੂੰ ਮੈਂ ਤਿਆਰ ਹਾਂ। ਕਮਲਦੀਪ ਕੌਰ ਦਾ ਇਹ ਬਿਆਨ ਸਾਹਮਣੇ ਆਇਆ ਪਟਿਆਲਾ ਜੇਲ੍ਹ 'ਚ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਕਮਲਦੀਪ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮੈਨੂੰ ਟਿਕਟ ਦੇਵੇਗਾ ਤਾਂ ਮੈਂ ਚੋਣ ਲੜਨ ਦੇ ਲਈ ਤਿਆਰ ਹਾਂ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਆ ਦੁਆਰਾ ਕਮਲਦੀਪ ਕੌਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਦੋ ਦਿਨ ਪਹਿਲਾਂ ਚਰਚਾਵਾਂ 'ਚ ਰਹੀ ਹੈ ਕਮਲਦੀਪ ਕੌਰ, ਲੇਕਿਨ ਉਸ ਵਕਤ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਮਨਾ ਕਰ ਦਿੱਤਾ ਸੀ ਚੋਣਾਂ ਲੜਨ ਤੋਂ। ਲੇਕਿਨ ਅੱਜ ਜਦੋਂ ਤੋਂ ਵਿਰਸਾ ਸਿੰਘ ਵਲਟੋਆ ਅਤੇ ਸਿਕੰਦਰ ਸਿੰਘ ਮਲੂਕਾ ਕਮਲਦੀਪ ਕੌਰ ਕੋਲ ਪਹੁੰਚੇ ਸਨ ਅਤੇ ਉਸ ਤੋਂ ਬਾਅਦ ਰਾਜੋਆਣਾ ਦੇ ਨਾਲ ਵੀ ਭੈਣ ਕਮਲਦੀਪ ਕੌਰ ਨੇ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਵੀ, ਅਤੇ ਉਸ ਤੋਂ ਬਾਅਦ ਇਹ ਸਟੇਟਮੈਂਟ ਜਾਰੀ ਕੀਤੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮੈਨੂੰ ਟਿਕਟ ਦੇਵੇਗਾ ਸੰਗਰੂਰ ਜ਼ਿਮਨੀ ਚੋਣਾਂ ਲੜਨ ਦੇ ਲਈ ਤਾਂ ਮੈਂ ਜ਼ਰੂਰ ਲੜਾਂਗੀ। ਸੋ ਦੱਸਦੀ ਕਿ ਜੇਲ੍ਹ 'ਚ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਦਾ ਬਿਆਨ ਇਹ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦਾ ਸੰਗਰੂਰ ਜ਼ਿਮਨੀ ਚੋਣ ਲੜਨ ਦੇ ਲਈ ਇਹ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮੈਨੂੰ ਟਿਕਟ ਦੇਵੇਗਾ ਇੱਥੋਂ ਤਾਂ ਮੈਂ ਜ਼ਰੂਰ ਚੋਣਾਂ ਲੜਾਂਗੀ। ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ, ਉਹ ਸਾਰੇ ਅਤੇ ਨਿਹੰਗ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾ ਗਾ ਤਾਂ ਅਸੀਂ ਮਤਲਬ ਕਿ ਚੋਣਾਂ 'ਚ ਖੜ੍ਹੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਹਾਂ ਜੀ। ਪਰ ਆਜ਼ਾਦ ਤੌਰ 'ਤੇ ਉਮੀਦਵਾਰ ਦੇ ਤੌਰ 'ਤੇ ਅਸੀਂ ਸਮਰੱਥ ਨਹੀਂ ਹੈ। ਹਾਂਜੀ, ਆਜ਼ਾਦ ਤੌਰ 'ਤੇ ਨਹੀਂ, ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾ ਤਾਂ ਅਸੀਂ ਚੋਣਾਂ 'ਚ ਖੜ੍ਹੇ ਹੋਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲੈ ਲੈਂਦੇ ਹਾਂ ਸਾਡੇ ਨਾਲ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਗੁਰਪ੍ਰੀਤ ਸਿੰਘ ਫੋਨ ਲਾਈਨ 'ਤੇ ਮੌਜੂਦ ਨੇ। ਗੁਰਪ੍ਰੀਤ, ਕੀ ਕਹੋਗੇ, ਪਹਿਲਾਂ ਮਨਾ ਕਰ ਦਿੱਤਾ ਗਿਆ ਸੀ ਜ਼ਿਮਨੀ ਚੋਣ ਲੜਨ ਦੇ ਲਈ ਰਾਜੋਆਣਾ ਦੀ ਭੈਣ ਦੁਆਰਾ, ਅਤੇ ਹੁਣ ਹਾਮੀ ਭਰੀ ਗਈ ਹੈ ਅਤੇ ਕਿਹਾ ਗਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਿਕਟ ਦਿੰਦਾ ਤਾਂ ਮੈਂ ਜ਼ਰੂਰ ਚੋਣਾਂ ਲੜਾਂਗੀ? ਦੇਖੋ ਗੁਰਪ੍ਰੀਤ, ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇਹ ਕੋਸ਼ਿਸ਼ ਕਰ ਰਿਹਾ ਅਕਾਲੀ ਦਲ ਦੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਇਸ ਵਾਰ ਇਸ ਤਰ੍ਹਾਂ ਦਾ ਪੰਥਕ ਚਿਹਰਾ ਕੋਈ ਉਤਾਰਿਆ ਜਾਵੇ ਜਿਹਦੇ 'ਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਾ ਹੋਵੇ। ਸੋ ਪਹਿਲਾਂ ਬੇਸ਼ੱਕ ਉਹਨਾਂ ਦੇ ਵੱਲੋਂ ਨਾ ਕੀਤੀ ਜਾ ਰਹੀ ਸੀ, ਪਰ ਹੁਣ ਅਕਾਲੀ ਦਲ ਦੀ ਉਹਨਾਂ ਨੇ ਸ਼ਰਤ ਜ਼ਰੂਰ ਰੱਖੀ ਹੈ ਕਿ ਅਕਾਲੀ ਦਲ ਜੇ ਟਿਕਟ ਦਿੰਦਾ ਤਾਂ ਫਿਰ ਉਹ ਲੜਨ ਦੇ ਲਈ ਤਿਆਰ ਨੇ। ਔਰ ਅਕਾਲੀ ਦਲ ਹੁਣ ਇਸੇ, ਕੱਲ੍ਹ ਵੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਮਿਲੇ ਹੈ ਸੁਖਬੀਰ ਸਿੰਘ ਬਾਦਲ ਜਾ ਕੇ, ਤਾਂ ਅਕਾਲੀ ਦਲ ਇਹ ਕੋਸ਼ਿਸ਼ ਕਰ ਰਿਹਾ ਕਿ ਇੱਕ ਸਹਿਮਤੀ ਹੈ ਜਿਹੜੀ ਆਮ ਸਹਿਮਤੀ ਹੈ ਉਹ ਬਣਾ ਲਈ ਜਾਵੇ ਕਿਸੇ ਨਾ ਕਿਸੇ ਤਰੀਕੇ, ਪਰ ਹਾਲ ਦੀ ਘੜੀ ਇਹ ਲੱਗਦਾ ਮੁਸ਼ਕਿਲ ਹੈ ਕਿ ਆਮ ਸਹਿਮਤੀ ਬਣ ਪਾਏ। ਗੁਰਪ੍ਰੀਤ, ਕੀ ਲੱਗਦਾ, ਕਿਉਂਕਿ ਜਿਹੜੀ ਬੀਤੀ ਰਾਤ ਵੀ ਦੇਰ ਰਾਤ ਤੱਕ ਮੀਟਿੰਗ ਚੱਲੀ ਹੈ ਆਪਣਾ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ, ਕੀ ਗੱਲ ਸਹਿਮਤੀ ਨਹੀਂ ਬਣ ਪਾਈ ਜਾਂ ਫਿਰ ਹੋ ਸਕਦਾ ਕਿ ਸਿਮਰਜੀਤ ਸਿੰਘ ਮਾਨ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸਮਰਥਨ ਦੇ ਸਕਦੇ? ਲੱਗਦੀ ਹੈ ਗੁਰਪ੍ਰੀਤ, ਕਿਉਂਕਿ ਹਰ ਪਾਰਟੀ ਨੇ ਆਪੋ ਆਪਣੇ ਪੱਧਰ ਤੇ ਤਿਆਰੀ ਕੀਤੀ ਹੁੰਦੀ ਹੈ, ਹਰ ਪਾਰਟੀ ਦਾ ਆਪੋ ਆਪਣਾ ਪ੍ਰੋਗਰਾਮ ਹੈ। ਠੀਕ ਹੈ, ਪਿਛਲੇ ਕੁਛ ਦਿਨ ਤੋਂ ਅਕਾਲੀ ਦਲ ਬਾਦਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਾਰੀਆਂ ਜਿਹੜੀਆਂ ਪੰਥਕ ਤੇ ਰਹਿ ਉਹਨਾਂ ਨੂੰ ਇਕੱਠੇ ਕਰ ਲਿਆ ਜਾਵੇ, ਪਰ ਲੱਗਦਾ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹੈ ਉਹਨਾਂ ਦੀ ਇਸ ਉਹ ਗੱਲ ਜਿਹੜੀ ਹੈ ਉਹਨਾਂ ਨੂੰ ਰਾਸ ਆਈ ਤੇ ਮੰਨੇ ਨਹੀਂ ਆਏ। ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਹੁਣ ਵੱਖ ਵੱਖ ਹੋ ਕੇ ਹੁਣ ਜਿਹੜੀ ਚੋਣ ਲੜਨ ਦੀ ਗੱਲਬਾਤ ਆਖੀ ਗਈ ਹੈ ਤੇ ਉਸ ਦੇ ਨਾਲ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਮੰਗ ਉੱਪਰ ਤੱਕ ਪਹੁੰਚੂਗੀ? ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਗੁਰਪ੍ਰੀਤ, ਐਕਚੁਅਲੀ ਕੀ ਹੈ ਕਿ ਇਹਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਇੱਕ ਅਲੱਗ ਮੈਟਰ, ਉਹਦਾ ਇਲੈਕਸ਼ਨ ਲੜਨ ਦੇ ਨਾਲ ਕੋਈ ਵੀ ਉਹ ਨਹੀਂ ਹੈਗਾ, ਉਹਨੂੰ ਸਿਰਫ ਜੋੜਿਆ ਜਾ ਰਿਹਾ ਇਲੈਕਸ਼ਨ ਦੇ ਨਾਲ, ਪੁੱਟ ਚੜਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ ਦੀ। ਪਰ ਅਸਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਜ਼ੋਰਦਾਰ ਤਰੀਕੇ ਨਾਲ ਉਠਾਉਣ ਵਾਲੀ ਮੰਗ ਹੈ। ਇਲੈਕਸ਼ਨ ਆਲ ਦਾ ਵੇ ਇੱਕ ਡਿਫਰੈਂਟ ਚੀਜ਼ ਹੈ, ਉਹਨੂੰ ਜ਼ਰੂਰ ਕੋਸ਼ਿਸ਼ ਹੋ ਰਹੀ ਹੈ ਕਿ ਉਹ ਸੈਂਟੀਮੈਂਟ ਇਲੈਕਸ਼ਨ 'ਚ ਲੈ ਆਉਂਦਾ ਜਾਵੇ। ਠੀਕ ਹੈ ਗੁਰਪ੍ਰੀਤ, ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਆਗੂ ਵਿਰਸਾ ਸਿੰਘ ਵਲਟੋਆ ਫੋਨ ਲਾਈਨ ਤੇ ਮੌਜੂਦ ਨੇ। ਵਲਟੋਆ ਸਾਹਿਬ, ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਮਿਹਰਬਾਨੀ ਜੀ, ਥੈਂਕ ਯੂ। ਵਲਟੋਆ ਸਾਹਿਬ, ਕੀ ਕਹੋਗੇ ਕਿ ਅੱਜ ਤੁਸੀਂ ਰਾਜੋਆਣਾ ਦੀ ਭੈਣ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਹੋ, ਹਾਲਾਂਕਿ ਉਹਨਾਂ ਨੇ ਪਹਿਲਾਂ ਮਨਾ ਕਰ ਦਿੱਤਾ ਸੀ, ਲੇਕਿਨ ਹੁਣ ਦੀ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਿਕਟ ਦੇਵੇਗਾ ਤਾਂ ਮੈਂ ਜ਼ਰੂਰ ਚੋਣਾਂ ਲੜਾਂਗੀ, ਕੀ ਦੇਖੀ ਇਸ ਮਾਇਨੇ ਨੂੰ? ਦੇਖੋ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਅੱਜ ਸਿੱਖ ਕੌਮ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਹੈ, ਭਾਵੇਂ ਮਸਲੇ ਹੋਰ ਵੀ ਨੇ ਪਰ ਸਭ ਤੋਂ ਵੱਡਾ ਮਸਲਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ।
और बंदी सिंह की रिहाई को लेके जथेदार श्री अकाल तख्त साहब भी बहुत संजीदा ने, उन्होंने आदेश के उत्ते ही पहलकदमियां शुरू हुई ने, चाहे बंदी सिंह की रिहाई वास्ते 11 मैंबरी कमेटी भी बनी है, वो अपनी एफर्ट्स कर रही है, यतन कर रही ने। और नाल ही क्योंकि हर पंजाबी चाहता है, कले सिख ही नहीं, अज पंजाब का हिंदू समाज भी, मुस्लिम भी, ईसाई भी, सारे भाईचारे चाहते हैं कि उस समय जो जज्बात च बह के जो हो गया, अदालतों ने उन्होंने सजावं करती, वो उन्होंने सजावं भुगतियां है। अज जो उन्होंने रिहा नहीं किया जा रहा है, बहुत वही उन्होंने बेइंसाफी है। उन्होंने नाल एक तरह की संविधानक उलंघना की जा रही है, उन्होंने ह्यूमन राइट्स जोड़े आ जोड़े मनुखी अधिकार ने उन्होंने उलंघना हो रही है, वो रिहा होने चाहिए। पर रिहा करने किन्ने, सरकार ने, सरकार इतों तक कि 550 साल के उत्ते नोटिफिकेशन जारी करके भी उन्होंने भी लागू नहीं किया। इस करके साढ़े सामने उदाहरण है कि 1999 के जदों सरदार सिमरजीत सिंह मान भागलपुर जेल च बंद सके, तो जिन्हों की आस भी नहीं कि वो छेती किते बाहर आ सकते हैं, कौम ने उन्होंने इलैक्शन लड़ाई, पंजाबियों ने वोटा पा के समुचे खास करके सिख जगत ने बहुत वड्डी जित दे के उन्होंने जेल चो रिहा करवाया सीगा। ते अज वो जिहड़े ने अपनियां राजनीति च भी ते पंथक तौर पर भी सम्मान साहब सिख जगत के अंदर जिहड़ियां अपनियां सेवावां निभा रहे ने। उसे तर्ज ते ही जथेदार श्री अकाल तख्त साहब ने भौं के सदा दिता आ कि अज बड़ा जरूरी है कि यह जी जिमनी चोण है, बंदी सिंह की रिहाई में होर शक्ति देने वास्ते बंदी सिंह के परिवार के किसी मैंबर को जोड़ा आ वो उम्मीदवार बना के सारिया पंथक धिर सारिया राजनीतिक पार्टियां वखरेवियां तो उपर उठ के मतभेदा तो उपर उठ के एक उम्मीदवार खड़ा करके बंदी सिंह के परिवार चो उन्होंने जोड़ा आ इलैक्शन लड़ा जिताउन, ता कि 1999 वांग जिवें मान साहब नूं बाहर लिआंदा सी उसे तरह ही जिहड़ा आ बंदी सिंघां नूं बाहर लिआंदा जावे। और श्री अकाल तख्त साहब के जथेदार साहब के सदे के उत्ते कल श्रोमणी अकाली दल ने कोर कमेटी की मीटिंग की सी, उहदे विच तय किया सीगा कि भाई बलवंत सिंह राजवाणा जी के परिवार के विचों जिहड़ी उन्हां दी भैण जी नूं इलैक्शन लड़ाई जाए, भावें कि इस तों पहलां प्रोफैसर दविंदर पाल सिंह भुल्लर ने उन्हां तक ही पहुंच की गई सी और उन्होंने एक तरह सहमति भी दे दी सी क्योंकि उन्होंने फाइल जी है सारिया हर पक्षों कंप्लीट होके केजरीवाल के टेबल से पई है, जिन्होंने अपने दस्तखत करने हैं तो उन्होंने रिहाई हुई नहीं होनी है, तो इस करके उन्होंने सांझे रूप च उम्मीदवार बनाया जाए उन्होंने धर्म सपत्नी बीबा नवनीत कौर भुल्लर। ठीक है, ठीक है, बोलटो साहब, ठीक है, बहुत बहुत शुक्रिया गलबात साझी करने के लिए।